ਵਾਹਿਗੁਰੂ ਸਾਰੀਆਂ ਸੰਗਤਾਂ ਨੂੰ ਮੈਂ ਕੀ ਆਖਾਂ ਬਈ ਅੰਦਰੋਂ ਕਹਿ ਰਿਹਾ ਚਰਨਾਂ 'ਤੇ ਸਿਰ ਰੱਖ ਕੇ ਸੰਗਤਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਤਰ੍ਹਾਂ ਦਾ ਹੀ ਕੰਮ ਕਰਦਾ ਜਿਵੇਂ ਦੂਜਾ ਜਨਮ ਹੋ ਗਿਆ ਆਪਦਾ। ਦੂਜੇ ਜਨਮ ਵਾਲੇ ਦੋ ਢਾਈ ਮਹੀਨੇ ਦੇ ਹੋਸ਼ ਹੀ ਨਹੀਂ ਰਹੀ, ਵੀ ਲੱਤਾਂ ਲੱਗਦਾ ਸੀ ਨਾਲ ਹੀ ਹੈਗੀਆਂ, ਜਿੱਥੇ ਕਿਤੇ ਮਾੜੀ ਜਿਹੀ ਜਾਗਰਤੀ ਆਉਂਦੀ ਸੀ। ਅਤੇ ਫਿਰ ਡਾਕਟਰ ਨੂੰ ਮੈਂ ਕਿਹਾ, ਮੈਂ ਕਿਹਾ ਯਾਰ ਘਰ ਭੇਜ ਦੇ, ਅਤੇ ਜੇ ਨਹੀਂ ਕੰਮ ਜਾਣਾ ਤਾਂ ਸਾਡੀ ਤਿਆਰੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਚਲੋ ਮੋਹ ਨਾ ਰੱਖ, ਪਰ ਗੁਰੂ ਸਾਹਿਬ ਨੇ ਮਿਹਰ ਕੀਤੀ, ਆਪ ਜੀ ਦੀਆਂ ਸੀਸਾਂ ਹੋਈਆਂ, ਥੋੜ੍ਹੀ ਬਹੁਤੀ ਕਸਰ ਹੈਗੀ ਹੈ, ਕਮਜ਼ੋਰੀ ਬਹੁਤ ਹੈ, ਆਪ ਜੀ ਸੀਸਾ ਰੱਖਿਓ। ਇਹ ਗੁਰਦੀਪ ਸਿੰਘ ਜੀ ਨੇ ਹਾਜ਼ਰੀ ਲਾਉਣੀ ਹੈ, ਸਵਾ ਚਾਰ ਆਨੰਦ ਸਾਹਿਬ ਲੱਗੇਗਾ ਪੂਰੇ, ਅਤੇ ਦੋ ਕੁ ਮਿੰਟ ਸਿਰ ਉਦਾਸ ਲਾ ਰਿਹਾ ਆਪਣੇ ਬਾਬਾ ਦੀਪ ਸਿੰਘ ਦੇ ਪਿਆਰ ਵਿੱਚ, ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ। ਅਤੇ ਤੁਝ ਬਿਨ ਕੌਣ ਕਰੇ ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਗਰੀਬ ਨਿਵਾਜ ਕੁਸਈਆ ਮੇਰਾ, ਗਰੀਬ ਨਿਵਾਜ ਕੁਸਈਆ ਮੇਰਾ ਮਾਥੇ ਛਤਰ ਤਰੇ, ਮਾਥੇ ਛਤਰ ਤਰੇ ਤੁਝ ਬਿਨ ਕੌਣ ਕਰੇ ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਲਾਲ, ਐਸੀ ਲਾਲ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ, ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ, ਕੀ ਜੈ ਓਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ, ਕੀ ਜੈ ਓਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ, ਦੇਵ ਕਬੀਰ ਤ੍ਰਿਲੋਚਨ ਸਦਨਾ ਸਹਿਣ ਕਰੇ, ਨਾਮ ਦੇਵ ਕਬੀਰ ਤ੍ਰਿਲੋਚਨ ਸਦਨਾ ਸਹਿਣ ਕਰੇ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਵੇ ਸਰੇ, ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ, ਐਸੀ ਲਾਲ। ਸਭ ਤੋਂ ਵੱਡੀ ਗੱਲ, ਤੁਹਾਨੂੰ ਉਹ ਗੁਰੂ ਗੋਬਿੰਦ ਸਿੰਘ ਮਿਲੇ ਨੇ ਜਿਹੜੇ ਅਨੇਕ ਹੈ ਫਿਰ ਏਕ ਹੈ, ਆਖੋ ਸਤਿਗੁਰੂ ਸ੍ਰੀ ਵਾਹਿਗੁਰੂ ਜੀ। ਇਹ ਬੜੀ ਵੱਡੀ ਗੱਲ ਹੈ, ਤੁਹਾਨੂੰ ਉਹ ਗੁਰੂ ਗੋਬਿੰਦ ਸਿੰਘ ਮਿਲੇ ਨੇ, ਅਨੇਕ ਵੀ ਨੇ ਏਕ ਵੀ ਨੇ, ਅਨੰਦਪੁਰ ਸਾਹਿਬ ਵੀ ਨੇ, ਹੇਮਕੁੰਟ ਸਾਹਿਬ ਵੀ ਨੇ, ਅਮਰੀਕਾ ਦੀਆਂ ਰੂਸ ਦੀਆਂ ਗਲੀਆਂ 'ਚ ਪੁਕਾਰ ਕਰ ਲਓ ਉੱਥੇ ਵੀ ਹਾਜ਼ਰ ਨੇ। ਉਹ ਗੁਰੂ ਗੋਬਿੰਦ ਸਿੰਘ ਜੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਔਰ ਵਿਲੱਖਣ ਬਾਤਾਂ ਨੇ, ਮਤਲਬ ਜਾਣਾ ਤਾਂ ਪਤਾ ਨਹੀਂ ਕਦੋਂ ਜਾਣਾ, ਪਰ ਸਿੱਖੀ ਨਾਲ ਜੁੜ ਜਾਓ ਇਸ ਤੋਂ ਉੱਤੇ ਕੁਝ ਨਹੀਂ ਹੈਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਿਤਾ ਮਿਲੇ ਨੇ ਵੀ ਜਿਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਹਾਜ਼ਰ ਨਾਜ਼ਰ ਨੇ। ਇੱਕ ਜਗ੍ਹਾ 'ਤੇ ਮੈਨੂੰ ਨਾਂ ਭੁੱਲ ਗਿਆ, ਕਾਫੀ ਯਾਦ ਸ਼ਕਤੀ ਘੱਟ ਗਈ, ਉੱਥੇ ਅੰਮ੍ਰਿਤਸਰ ਚਾਰ ਸੀ ਅਤੇ ਇੱਕ ਸਿੰਘ ਘੱਟ ਸੀ, ਇੱਕ ਸਿੰਘ ਘੱਟ 'ਤੇ ਛਕਣ ਵਾਲੀ ਸੰਗਤ ਵੀ ਆ ਗਈ, ਉਹ ਸਲਾਹ ਕੀਤੀ ਵੀ ਇੱਥੇ ਅੱਧਾ ਕਿਲੋਮੀਟਰ ਫਲਾਣਾ ਰੰਗਿਆ ਸਿੰਘ ਹੈ ਜਿਹਦਾ ਮੈਨੂੰ ਨਾਂ ਦੱਸ ਗਿਆ, ਵੀ ਉਹ ਲੱਗਦਾ ਹੁੰਦਾ ਪੰਜਾਂ ਪਿਆਰਿਆਂ 'ਚ, ਹੈਂ ਹਾਂਜੀ, ਉਹਨਾਂ ਨੂੰ ਜਾ ਕੇ ਬੇਨਤੀ ਕਰੀਏ, ਉਹਨਾਂ ਨੂੰ ਕਹੀਏ
वो है भी थोड़ा सगा सुभा का ही जो जाके बेनती की थी उन्हें एक मिनट नहीं लाया हाँ करके कहते लोग मैं 15 मिनट खलोवो इशनान पानी करके थोड़े नाल ही चल रहा वो जाके जो समाप्ति हो गई अमृत संचार हो गया वो चारा सिंह ने पूछया भी अही तो सोचा ही तुम नहीं मनोगे अही तो सोचा सी भी तुम नहीं मनोगे मैं इतना टाइम दे टाइम वो फिर उन्हें सिंह ने दसिया कि मैनू महापुरशा ने कहा सी कि गुरु गोबिंद सिंह जी ने भाई दया सिंह जी को भजन किया जिथे मेरे पांच प्यारे पाने दे विच जीवन वाले अमृत छकाणगे नज़र वो आ रहे होणगे उन्हां दे अंदर मैं काम कर रहा होगा गोबिंद सिंह जी का कमाल है जड़ा एडा वड्डा बचन उन्हां विच मैं विच रंग गज के आखो सतला फिर इस तो अलावा जदों कोई सिंघां ने पूछया भी प्रसन्न हो बुद्ध की देंदे हो ते महाराज ने कहा भी एक अपने अमृतधारी सिंह जीवन वाले दे मैं दर्शन करा देना गुरु गोबिंद सिंह कहते जिदे ते प्रसन्न होवां कोई निशानी तो होती है ना प्रसन्नता की निशानी की है नाराजगी की है सबना उपर नजर है तेरी किसे थोड़ी किसे कनेरी वो फिर जो सिंघां ने पूछया जिदे ते ज्यादा प्रसन्न महाराज कहते दो जिदे ते होर ज्यादा प्रसन्न महाराज कहते पंजां दे दर्शन करा देना तो जो सिंघां ने लाड च पूछ लिया जिदे ते सब तो ज्यादा प्रसन्न होवो महाराज ਉਹਨੂੰ ਕੀ ਦਿੰਦੇ ਹੋ ਅਤੇ ਮਹਾਰਾਜ ਕਹਿੰਦੇ ਜਿਹਦੇ 'ਤੇ ਸਭ ਤੋਂ ਜ਼ਿਆਦਾ ਪ੍ਰਸੰਨ ਹੋਵਾਂ ਉਹਦੇ ਘਰ ਆਪਣੀ ਪਿਆਰੀ ਸਾਧ ਸੰਗਤ ਭੇਜ ਦੇਣਾ ਜਾਂ ਉਹਨੂੰ ਸੰਗਤ ਵਿੱਚ ਲੈ ਆਉਣਾ ਅੱਜ ਜਿਹੜੇ ਤੁਹਾਡੇ ਦਰਸ਼ਨ ਹੋ ਰਹੇ ਦਾਸ ਨੂੰ ਵੀ ਮੈਂ ਵੀ ਸਮਝਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਸੰਨਤਾ ਦੀ ਨਿਸ਼ਾਨੀ ਔਰ ਤੁਹਾਡੀ ਨਿਸ਼ਾਨੀ ਹੋਰ ਡਬਲ ਹੈ ਹੋਰ ਚਾਰ ਗੁਣਾ ਕਿਉਂ ਗੁਰੂ ਗੋਬਿੰਦ ਸਿੰਘ ਨੇ ਸੰਗਤ ਵੀ ਲਿਆਂਦਾ ਅਤੇ ਬੜੀ ਵੱਡੀ ਗੱਲ ਜਿਨ੍ਹਾਂ ਵਰਗਾ ਧਰਤੀ 'ਤੇ ਕੋਈ ਨਹੀਂ ਹੋਇਆ ਬਾਬਾ ਦੀਪ ਸਿੰਘ ਵਰਗਾ ਉਹਨਾਂ ਦੇ ਅਸਥਾਨ 'ਤੇ ਵੀ ਬੈਠੇ ਬੋਲੇ ਇਹ ਡਬਲ ਖੁਸ਼ੀ ਹੈ ਚੌਗੁਣੀ ਖੁਸ਼ੀ ਹੈ ਕਿ ਜਿੱਥੇ ਸਾਡੇ ਬਾਬਾ ਗੁਰੂ ਗੋਬਿੰਦ ਸਿੰਘ ਦੇ ਭਗਤ ਖੇਡੇ ਹੋਣ ਕੀਰਤਾ ਤਾਂ ਕਿਹੜੀ ਕਿਹੜੀ ਗਲੀ 'ਚ ਵਿਚ ਰਹੇ ਕਿੱਥੇ ਕਿੱਥੇ ਵਿਚ ਰਹੇ ਆ ਕਿਤੇ ਕਿਤੇ ਉਹਨਾਂ ਦੀ ਚਰਨ ਪਏ ਆ ਔਰ ਬਾਬਾ ਦੀਪ ਸਿੰਘ ਜੀ ਵਰਗਾ ਤੁਹਾਨੂੰ ਪਤਾ ਹੀ ਹੈ ਇੱਕ ਓਂਕਾਰ ਤੋਂ 18, 10, 20 ਦਾ ਕੋਈ ਪੰਗਤੀ ਭਾਵੇਂ ਦਾਸ ਦੇ ਸਾਹਮਣੇ ਲੈ ਆਓ ਤੁਸੀਂ ਆਪ ਅਰਥ ਪੜ੍ਹ ਲਓ ਉਹ ਪੰਗਤੀ ਦੇ ਅਰਥ ਬਾਬਾ ਹੀ ਨਾ ਕਰੋ ਤੁਹਾਨੂੰ ਸਾਰੀ 18, 10, 20, 14, 30 ਅੰਗਾਂ ਦੀ ਬਾਣੀ 'ਚੋਂ ਬਾਬਾ ਦੀਪ ਸਿੰਘ ਦੇ ਗੁਣਾਂ ਦੇ ਦਰਸ਼ਨ ਹੋਣਗੇ ਕੋਈ ਇਹੋ ਜਿਹੀ ਪੰਗਤੀ ਨਹੀਂ ਹੋਏਗੀ ਜਿਹਦੇ 'ਚ ਬਾਬਾ ਜੀ ਪੂਰੇ ਨੇ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੇ ਮੌਜ 'ਚ ਭਜਨ ਕੀਤਾ ਸੀ ਉਹ ਸੁਣ ਕੇ ਅਤੇ ਫਿਰ ਤੁਸੀਂ ਜਕਾਰਾ ਬੁਲਾ ਦੇਣਾ ਸਮਾਪਤੀ ਦਾ ਬਾਬਾ ਈਸ਼ਰ ਸਿੰਘ ਜੀ ਉਹਨਾਂ ਨੇ ਬਚਨ ਕੀਤਾ ਸੀ ਘਰੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਕਹਿੰਦੇ ਜਿਹੜੀ ਸਰੀਰ ਕਰਕੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂਆਂ ਵਾਲੀ ਸ਼ਕਤੀ ਕੰਮ ਕੀਤੀ ਹੈ ਉਹ ਬਾਬਾ ਦੀਪ ਸਿੰਘ ਅੰਦਰ ਕੀਤੀ ਬੋਲੇ ਮਤਲਬ ਵੀ ਸਾਰੇ ਹੀ ਧਨ ਨੇ ਸਾਰੇ ਮਹਾਂਪੁਰਸ਼ ਧਨ ਨੇ ਸਾਰੀਆਂ ਸੰਪਰਦਾਵਾਂ ਪਰ ਬਾਬਾ ਜੀ ਦਾ ਨਾਂ ਲਈਏ ਅਤੇ ਹਰ ਗੁਰਬਾਣੀ ਦੀ ਪੰਕਤੀ 'ਚ ਦਰਸ਼ਨ ਗੁਰੂਆਂ ਦੀ ਸ਼ਕਤੀ ਉਹਨਾਂ ਦੇ ਅੰਦਰ ਪੂਰਨ ਤੌਰ 'ਤੇ ਜੋ ਚਾਹੁਣ ਕਰ ਸਕਦੇ ਇਹ ਇਹ ਡਬਲ ਵਧਾਈ ਨਹੀਂ ਹੋਏਗੀ ਇੱਕ ਤਾਂ ਉਹਨਾਂ ਨੇ ਸੰਗਤ 'ਚ ਲੈ ਆਉਂਦਾ ਇੱਕ ਉਸ ਸਥਾਨ 'ਤੇ ਲੈ ਆਉਂਦਾ ਜਿਨ੍ਹਾਂ ਦੇ ਅੰਦਰ ਗੁਰੂਆਂ ਦੀ ਸ਼ਕਤੀ ਪ੍ਰਤੱਖ ਕੰਮ ਕਰਦੀ ਆਖੋ ਸਤਿਨਾਮ ਸ੍ਰੀ ਅਕਾਲ ਤੋ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਇੱਕ ਵਾਰੀ ਪੰਗਤੀ ਬੋਲੋ ਫਿਰ ਗੁਰਦੀਪ ਸਿੰਘ ਜੀ ਨੇ ਬਹਿਣਾ ਕਿਸੇ ਨੇ ਉੱਠਣਾ ਨਹੀਂ ਕਿਉਂਕਿ ਨਵਾਂ ਮੀਟਿੰਗ ਰੂਮ ਬਣਿਆ ਉੱਥੇ 5-10 ਮਿੰਟ ਪ੍ਰਬੰਧਕਾਂ ਨਾਲ ਇਹ ਸਾਰਿਆਂ ਨੂੰ ਵਿੱਲੀ ਸਾਹਿਬ ਕੈਪਟਨ ਸਾਹਿਬ ਸਾਰੀ ਕਮੇਟੀ
ਇਹ ਕਮੇਟੀ ਸਾਰੀ ਐਡੇ ਪਿਆਰ ਨਾਲ ਚੱਲ ਰਹੀ ਹੈ, ਮੈਂ ਕਹਿ ਨਹੀਂ ਸਕਦਾ ਕਿਉਂਕਿ ਐਡਾ ਵੱਡਾ ਪ੍ਰਬੰਧ ਸੌਖਾ ਨਹੀਂ ਹੈ। ਇਹ ਜਮਾਤ ਨਾਲ ਹੀ ਕਰਾਮਾਤ, ਬਿਲੀ ਜੀ ਜਮਾਤ ਨਾਲ ਹੀ ਕਰਾਮਾਤ ਆ, ਜਮਾਤ ਹੁੰਦੀ ਹੈ ਅਤੇ ਕਰਾਮਾਤ ਆ, ਅਤੇ ਇਹ ਸਾਰੀ ਜਮਾਤ ਰਲ ਕੇ ਕੰਮ ਕਰ ਰਹੀ ਹੈ ਇਹ ਸੰਸਥਾ ਦੀ ਸੇਵਾ ਲਈ। ਤੋ ਜਿੰਨੀਆਂ ਸੰਗਤਾਂ ਬੈਠੀਆਂ ਜੇ ਪਿਆਰ ਦੇ ਵਿੱਚ, ਮੈਂ ਮਾੜੀ ਜਿਹੀ ਵਧਾਈ ਦੇ ਦੇਣਾ ਪੂਰੀ ਤਰ੍ਹਾਂ, ਜਿਵੇਂ ਸਾਰੀ ਕਮੇਟੀ ਸਲਾਹਾਂ ਕਰੇਗੀ। ਮਤਲਬ 10 ਕਿੱਲੇ ਜਗ੍ਹਾ, ਆਪਾਂ ਸ਼ਹਿਰੀ ਹੈਗੇ ਹਾਂ, ਕੋਈ 100 ਗਜ਼ 'ਚ ਰਹਿੰਦਾ, ਕੋਈ 200 'ਚ, ਕੋਈ 150 'ਚ, ਮੈਂ ਵੀ 100 'ਚ ਹੀ ਰਹਿੰਦਾ, ਅਤੇ ਕੋਈ 50 ਗਜ਼ ਵਾਲੇ ਵੀ ਹੈ, 150.5 ਗਜ਼ ਆ, ਅਤੇ 5000 ਗਜ਼ ਦਾ ਕਿੱਲਾ ਹੁੰਦਾ, ਅਤੇ 10 ਕਿੱਲੇ ਹੋ ਗਏ 50000 ਗਜ਼ ਵਿੱਚ। ਇਹ ਬਾਬਾ ਜੀ ਦੇ ਨਾਂ ਦੇ ਉੱਤੇ, ਬਾਬਾ ਜੀ ਦੇ ਦਰ ਦੀ ਕਮੇਟੀ ਵੱਲੋਂ 100 ਬਿਸਤਰਿਆਂ ਦਾ ਹਸਪਤਾਲ ਜਿਹੜਾ ਇੱਥੇ ਬਣਾਇਆ ਜਾ ਰਿਹਾ, ਚੰਦ ਹਫ਼ਤਿਆਂ 'ਚ ਉਹਦੇ ਨਕਸ਼ੇ ਨੁਕਸ਼ੇ ਬਣ ਕੇ, ਜਿਵੇਂ ਵੀ ਬਾਬਾ ਜੀ ਸਾਰੀ ਕਮੇਟੀ ਕੋਲੋਂ ਸਿਰ 'ਤੇ ਹੱਥ ਰੱਖ ਕੇ ਪਾਸ ਕਰਾਉਣਗੇ, ਉਹਦੇ ਨਾਲ ਇੱਥੋਂ ਦੇ ਸਾਰੇ 40-50 ਪਿੰਡਾਂ ਨੂੰ ਬਹੁਤ ਫਾਇਦਾ ਹੋਏਗਾ। ਆਊਟਡੋਰ ਟੋਪ ਦੀ ਰੱਖਾਂਗੇ, ਆਊਟਡੋਰ ਜਿਹੜਾ ਖੁੱਲ੍ਹਾ ਮਰੀਜ਼ ਜਾਂਦਾ ਉਹ ਵੀ ਰਾਜ਼ੀ ਹੋ ਕੇ ਜਾਵੇ, ਭਾਵੇਂ ਅਲਟਰਾਸਾਊਂਡ ਹੋਵੇ ਉੱਥੋਂ ਹੀ ਹੋਵੇ, ਐਕਸਰੇ ਹੋਣ ਉੱਥੋਂ ਹੀ ਹੋਣ, ਹੋਰ ਕਈ ਜਿਹੜੀਆਂ ਮਸ਼ੀਨਾਂ ਦੇ ਬਾਹਰ ਨਾਲ ਉਹਨਾਂ ਨੂੰ ਜਾਣਾ ਪਵੇ, ਫਿਰ ਨਾਲ ਹੀ ਕਮਰਿਆਂ ਦਾ ਵੀ ਸ਼ੁਰੂ ਹੋ ਜਾਏਗਾ। 100 ਬਿਸਤਰਿਆਂ ਦਾ ਇੱਕ ਅਸੀਸ ਰੂਪੀ ਜਗਾਰਾ ਦੇ ਦਿਓ, ਅੱਜ ਨੀਂਹ ਰੱਖੀ ਜਾਵੇ, ਅੱਜ ਇਹ ਸਮਝ ਲਓ ਨੀਂਹ ਰੱਖੀ ਗਈ ਜਗਾਰੇ ਦੁਆਰਾ। ਬੋਲੇ ਸੋਨਿਆ ਸਮਾਗਮ ਜਿਹੜੇ ਆ ਚੁਪਹਿਰਾ ਜਪਦਾ, ਉਹ ਕਿਸੇ ਨਾ ਕਿਸੇ ਪਰਿਵਾਰ ਨੂੰ ਕਹਿ ਦੇਈਦਾ ਹਾਜ਼ਰੀ। ਉਹ ਜਸਵੀਰ ਸਿੰਘ ਦਿੱਲੀ ਵਾਲਾ ਪਰਿਵਾਰ ਹੈ, ਇਹ ਸਾਰੇ ਪਰਿਵਾਰ ਵੱਲੋਂ ਅਤੇ ਉਸ ਇਲਾਕੇ ਦੀ ਸਾਰੀ ਸੰਗਤ ਵੱਲੋਂ ਇਹ ਅੱਜ ਦੀ ਸੇਵਾ ਝੋਲੀ 'ਚ ਪਵਾਈ ਗਈ ਸੀ। ਔਰ ਮੈਂ ਇਹ ਬੇਨਤੀ ਕਰਦੇ ਹਾਂ, ਕੋਈ 50,000 ਸੇਵਾ ਦੇ ਦੇਗਾ, 60 ਦੇ ਦੇਗਾ, 80 ਦੇ ਦੇਗਾ, 1,00,000 ਦੇ ਦੇਗਾ, ਇਹ ਪਰਿਵਾਰ ਨੇ ਮੇਰੀ ਚੁਪਹਿਰੇ ਦੀ ਸੇਵਾ ਨਹੀਂ ਲਈ, ਪਰ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ, ਆਖੋ ਸਕਦਾ ਉਹ ਸਾਰਾ ਪਰਿਵਾਰ ਕੀਰਤਨ ਕਰਦਾ, ਬੱਚੇ ਕੀਰਤਨ ਕਰਦੇ, ਸਵੇਰੇ ਆਪਣੇ ਘਰ ਹੀ ਰੋਜ਼ ਕੀਰਤਨ ਦੀ ਆ, ਇਹ ਬਾਬਾ ਜੀ ਦੀ ਵਾਰਡ ਲੱਗੀ ਰਹੇ, ਔਰ ਅੱਜ ਦੇ ਵੀ 3-4 ਜਥੇ ਉਹਨਾਂ ਦੇ ਦਿੱਲੀ ਦੇ ਲੱਗੇ ਆ, ਇਸੇ ਕਰਕੇ ਹੀ ਇਹ ਵਿਲੀ ਜੀ ਵੱਡੀ ਗੱਲ ਹੈ ਜਿਹੜੀ ਘਰ 'ਚ ਸਿੱਖੀ ਹੋਣੀ, ਇਹ ਮਹਾਰਾਜ ਇਸ ਪਰਿਵਾਰ ਦੀ ਹਾਜ਼ਰੀ ਲਾਵੇ। ਆਓ ਪੜ੍ਹ ਲਈ ਜੀ ਇੱਕ ਮਿੰਟ, ਤੁਝ ਬਿਨ ਕੌਣ ਕਰੇ ਐਸੀ ਲਾਲ ਐਸੀ ਲਾਲ, ਤੁਝ ਬਿਨ ਕੌਣ ਕਰੇ ਐਸੀ ਲਾਲ ਐਸੀ ਲਾਲ, ਤੁਝ ਬਿਨ ਕੌਣ ਕਰੇ ਐਸੀ ਲਾਲ ਐਸੀ ਲਾਲ, ਤੁਝ ਬਿਨ ਕੌਣ ਕਰੇ ਐਸੀ ਲਾਲ ਐਸੀ ਲਾਲ। ਇੰਨੀ ਹਾਜ਼ਰੀ ਪ੍ਰਵਾਨ ਕਰਿਓ ਜੀ, ਅਤੇ ਦਾਸ ਅੱਗੇ ਲੈ ਰਿਹਾ, 10 ਕਮੇਟੀ ਮੈਂਬਰਾਂ ਨਾਲ ਬੈਠਣਾ, ਅਤੇ ਬਿਮਾਰੀ ਦੌਰਾਨ ਕਈ ਵਾਰੀ ਰੋਮਾਂ ਦੀ ਬੇਦਬੀ ਨਿਤਨੇਮ ਦੀ, ਅੱਜ ਫਿਰ 5 ਪਿਆਰਿਆਂ ਪਾਸੋਂ ਭੁੱਲ ਬਖਸ਼ਾਉਣ ਆਏ ਸਾਂ, ਅਤੇ ਆਪ ਜੀ ਕਿਰਪਾ ਕਰਿਓ, ਸੀਸ ਰੱਖਿਓ, ਜਿਹੜੀ ਥੋੜ੍ਹੀ ਬਹੁਤੀ ਕਸਰ ਹੈ ਉਹ ਅੱਜ ਮਨ ਨੂੰ ਠੰਡ ਪੈ ਗਈ, ਸੰਗਤਾਂ ਦੇ ਦਰਸ਼ਨ ਕਰਕੇ ਬੜੇ ਅਜੇ ਆਵਾਜ਼ ਵਾਲਾ ਲੈਵਲ ਵੀ ਨੀਵਾਂ, ਸਰੀਰ ਦਾ ਵੀ ਨੀਵਾਂ, ਅਤੇ ਤੁਹਾਡੀਆਂ ਸੰਗਤਾਂ ਦਾ ਸਦਕਾ ਨਜ਼ਰ ਰਵੇ। ਇੱਕ ਮਿੰਟ ਤੁਸੀਂ ਸਟੇਜ ਸੰਭਾਲ ਲਓ, ਅਤੇ 4:15 ਨਾਨ ਸਾਹਿਬ ਲਾਣਗੇ ਗੁਰਦੀਪ ਸਿੰਘ ਜੀ, ਅਤੇ 35 ਮਿੰਟ ਹੈਗੇ ਇਹਨਾਂ ਕੋਲ, 34 ਮਿੰਟ, ਅਤੇ ਕਿਉਂਕਿ ਉਹ ਸੰਗਤਾਂ ਦੂਰੋਂ ਬਹੁਤ ਆਈਆਂ ਹੁੰਦੀਆਂ, ਉਹਨਾਂ ਨੇ ਪਿੰਡਾਂ 'ਚ ਪਹੁੰਚਣਾ ਹੁੰਦਾ, ਅਤੇ ਕੋਈ ਉੱਠੇ ਨਾ, ਬਾਕੀ ਸਾਰੇ ਬੈਠੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨਲ ਵਿਨੀ ਜੀ, ਕੈਪਟਨ ਜੀ ਨਾਲ ਦਰਸ਼ਨ ਦਿੱਤੇ ਨੇ, ਪੂਰੀ ਕਮੇਟੀ ਅਤੇ ਹੁਣ ਭਾਈ ਸਾਹਿਬ ਜੀ ਸਾਰਾ ਦੱਸਿਆ ਹੀ ਹੈ, ਸਾਰੀ ਮੀਟਿੰਗ ਹੋਏਗੀ ਅਤੇ ਭਾਈ ਸਾਹਿਬ